ਚਲੋ ਜਾ ਯਾਰ ਮੈਂ ਜਾ ਰਿਹਾ ਉਸ ਚੱਕਰ ਕਰ ਰਹੀ ਹੈ ਮੈਂ ਜਾ ਰਿਹਾ ਗੁੰਡਾ ਕਰਦੀ ਗੁੰਡਾ ਕਰਦੀ ਕਰ ਰਹੀ ਆ ਗਾਲਾਂ ਕੱਢੀਆਂ ਮੈਨੂੰ ਸਾਰੇ ਇਸ ਚੱਕਰ ਨੇ ਹੋਇਆ ਕੀ ਸੀ ਗਾਲਾਂ ਕਿਉਂ ਹੋਇਆ ਮੈਂ ਕਿਹਾ ਚੱਲੋ ਇਹ ਤਸਵੀਰਾਂ ਲੁਧਿਆਣੇ ਦੀਆਂ ਹਨ ਜਿੱਥੇ ਕਿ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਕੁਝ ਯੂਥ ਕਾਂਗਰਸ ਦੇ ਵਰਕਰਾਂ ਦੀ ਪੁਲਿਸ ਨਾਲ ਝੜਪ ਹੋਈ ਹੈ। ਦਰਅਸਲ ਲੁਧਿਆਣਾ 'ਚ ਬੁੱਧਵਾਰ ਨੂੰ ਯੂਥ ਕਾਂਗਰਸ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਜੰਮ ਕੇ ਹੰਗਾਮਾ ਹੋ ਗਿਆ। ਕਾਂਗਰਸ ਦੇ ਦੋ ਗੁੱਟ ਆਪਸ 'ਚ ਭਿੜ ਪਏ ਅਤੇ ਇਸ ਦੌਰਾਨ 5 ਰਾਊਂਡ ਫਾਇਰ ਵੀ ਹੋਏ ਹਨ। ਦੋਵਾਂ ਧੜਿਆਂ ਦੇ ਆਗੂਆਂ ਨੇ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕੀਤੀ ਅਤੇ ਕਿਹਾ ਕਿ ਜਾਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੇ ਆਗੂਆਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇੱਕ ਧਿਰ ਵੱਲੋਂ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ, ਜਿਸ ਦਾ ਵਿਰੋਧ ਕਰਨ 'ਤੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਤੱਕ ਚਲਾਏ ਗਏ। ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ DSP ਲਾਅ ਐਂਡ ਆਰਡਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੂਥ ਕਾਂਗਰਸ ਦੀਆਂ ਵੋਟਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ 'ਚ ਲੜੇ ਹਨ, ਪਰ ਨਾ ਤਾਂ ਵੋਟਿੰਗ ਰੋਕੀ ਜਾਵੇਗੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਵਿਗੜਨ ਦਿੱਤਾ ਜਾਵੇਗਾ। ਜਾਂਚ ਤੋਂ ਬਾਅਦ ਹੁਣ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਇਆ ਇੱਦਾਂ ਜੀ ਕਿ ਅੱਜ ਯੂਥ ਕਾਂਗਰਸ ਦੇ ਇਲੈਕਸ਼ਨ ਚੱਲ ਰਹੇ ਸੀਗੇ, ਅਸੈਂਬਲੀ ਵਾਈਜ਼ ਇਲੈਕਸ਼ਨ ਸੀਗੇ, ਅਤੇ ਸਾਡਾ ਭਰਾ ਅਸ਼ਵਨੀ ਲੜ ਰਿਹਾ ਵਾ ਇਲੈਕਸ਼ਨ, ਠੀਕ ਹੈ ਜੀ। ਅਤੇ ਇੱਕ ਮੁੰਡਾ ਜੋ ਕਿ ਕੇਸ਼ਵ ਸੂਦ ਉਹ ਆਪਣੇ ਸਾਥ ਇੱਕ ਲੜਕਾ ਲੈ ਕੇ ਆ ਰਿਹਾ ਥਾ। ਉਸ ਵੋ ਜੋ ਹੈ ਨਾ ਵੋ ਮੁਝੇ ਪਤਾ ਕਹਾਂ ਪੇ ਰਹਤੇ ਹੈ, ਵੋ ਰਹਤੇ ਹੈ ਪੱਖੋਆ ਰੋਡ ਪੇ। ਹੁਆ ਕਿਆ ਯੇ ਬਤਾਈਏ, ਹੋਇਆ ਯੇ ਵੋ ਅੰਦਰ ਵੋਟ ਡਾਲਨੇ ਕੀ ਜਾਣੇ ਲਗਾ, ਤੋ ਮੈਂ ਕੇਸ਼ਵ ਸੂਦ ਕੇ ਇੱਕ ਲੜਕਾ ਥਾ, ਤੋ ਮੈਂ ਉਸੇ ਪੁੱਛਿਆ, ਮੈਨੂੰ ਕਿਹਾ ਯਾਰ ਤੂੰ ਤਾਂ ਯਹਾਂ ਕਾ ਨਹੀਂ ਹੈ, ਵੀ ਵੋਟ ਕੈਸੇ ਡਾਲਦੇ ਹੈ। ਤੋ ਇਤਨੇ ਮੈਂ ਹੀ ਕੇਸ਼ਵ ਸੂਦ ਨੇ ਚਾਕੂ ਨਿਕਾਲ ਕੇ ਔਰ ਮੇਰੇ ਉੱਪਰ ਵਾਰ ਕੀਆ। ਵਾਰ ਕਰਨੇ ਕੇ ਸਾਥ ਜੋ ਹਮਾਰੇ ਹੋਰ ਵਰਕਰਸ ਤੇ ਵੋ ਭਾਗ ਕੇ ਆਏ, ਤੋ ਇਤਨੀ ਦੇਰ ਮੈਂ ਮਨਰਾਜ ਠਕਰਾਲ ਭਾਗਤੇ ਹੋਏ ਆਇਆ, 5 ਫਾਇਰ ਉਸਨੇ ਗੋਲੀਆਂ ਕੇ ਨਿਕਾਲੇ, ਗੋਲੀਆਂ ਮਾਰੀ 5 ਔਰ ਭਾਗ ਗਿਆ। ਕਹਾਂ ਲਗੇ ਆਪਕੇ ਚਾਕੂ? ਆਪਕੇ ਕਹਾਂ? ਮੇਰੇ ਚਾਕੂ ਯਹਾਂ ਪੇ ਲਗੇ। ਇਹ ਹਮਲਾ ਕਿਸਨੇ ਕੀਆ ਹੈ? ਇਹ ਹਮਲਾ ਕੇਸ਼ਵ ਸੂਦ, ਇਹ ਸਭ ਕੀ ਰੰਜਿਸ਼ ਹੈ ਜੀ। ਕੇਸ਼ਵ ਸੂਦ, ਮਨਰਾਜ ਠਕਰਾਲ ਔਰ ਪਰਮਿੰਦਰ ਸਿੰਘ ਲਾਪਰਾ ਔਰ ਇੱਕ ਸਾਹਿਲ ਪੱਪਲ ਕਪੂਰ, ਹੈਰੀ ਪੰਡਿਤ ਕੋ ਬਤਾਇਆ ਆਪਨੇ ਅਭੀ ਤੱਕ? ਹਾਂਜੀ, ਪੁਲਿਸ ਕੋ ਬਤਾਇਆ ਜੀ, ਪੁਲਿਸ ਨਾ ਹੋਤੀ ਤੋ ਆਜ ਹਮ ਨਾ ਬਚਤੇ। ਮਨਰਾਜ ਠਕਰਾਲ ਨੇ, ਉਹਦੇ ਭਰਾ ਨੇ ਪੱਪਲ ਕਪੂਰ ਹੋਣੀ ਨਾਲ ਆ, ਨਾਲ ਲਾਪਰਾ, ਖੁਦ ਪਰਮਿੰਦਰ ਲਾਪਰਾ ਨਾਲ ਆ। ਕਾਇਲ ਨਹੀਂ ਹੋਏ ਜੀ, ਸੱਟਾਂ ਲੱਗੀਆਂ ਸਾਡੇ ਭਾਂਜੇ ਨੂੰ ਤੇ ਹਾਂ ਗੋਲੀ ਉਹਨਾਂ ਨੇ, ਵੈਸੇ ਤਾਂ ਉਹਨਾਂ ਨੇ ਹਵਾਈ ਫਾਇਰ ਕੀਤੇ ਆ, ਪਰ 4 ਹਵਾਈ ਫਾਇਰ ਕੀਤੇ ਸਿੱਧੇ ਸਾਡੀ ਭੀੜ ਵੱਲ ਦੇਖ ਕੇ, ਮਤਲਬ ਬੰਦੇ ਦੀ ਡਾਇਰੈਕਸ਼ਨ 'ਚ ਨਹੀਂ ਕੀਤੇ, ਬੰਦੇ ਦੇ ਸਿਰ ਉੱਪਰ ਵਾਲੇ ਪਾਸੇ ਨੂੰ ਕਰਕੇ। ਪੁਲਿਸ ਨੇ, ਪੁਲਿਸ ਸਰ ਮੈਨੂੰ ਨਹੀਂ ਪਤਾ ਪੁਲਿਸ ਦੀ ਕੀ ਮਜਬੂਰੀ ਆ, ਪੁਲਿਸ ਦੀ ਕੀ ਸੈਟਿੰਗ ਆ, ਮੈਂ ਨਹੀਂ ਜਾਣਦਾ। ਇੱਕ ਪਾਸੇ ਮੇਰੇ ਖਿਆਲ 'ਚ ਇੱਕ ਸਾਈਡ ਲਾਪਰਾ ਗਰੁੱਪ ਹੈ ਜੀ, ਔਰ ਦੂਸਰੀ ਸਾਈਡ ਜੋ ਹੈ ਅਸ਼ਵਨੀ ਸ਼ਰਮਾ ਕੇ ਕਿਆ ਕੈਂਡੀਡੇਟ ਹੈ ਉਨਕਾ ਗਰੁੱਪ ਹੈ। ਤੋ ਇਹ ਵਿਦਇਨ ਪਾਰਟੀ ਹੈ, ਔਰਗਨਾਈਜੇਸ਼ਨ ਇਲੈਕਸ਼ਨ ਹੈ, ਤੋ ਇਨਕੀ ਆਪਸ ਮੇਂ ਕੁਛ ਉੱਪਰ ਨੀਚੇ ਹੁਆ ਹੈ, ਉਸਮੇਂ ਜੋ ਸ਼ਾਟਸ ਵੀ ਫਾਇਰ ਹੁਏ, ਸ਼ਾਇਦ ਇਨਕੇ ਕਹਿਣੇ ਕੇ ਮੁਤਾਬਕ ਇਹ ਕੋਈ ਇੰਜਰਡ ਹੈ, ਤੋ ਉਸਕੇ ਵੀ ਕੋਈ CMC ਮੇਂ ਵਹਾਂ ਪੇ ਵੀ ਪਤਾ ਕਰਾ ਰਹੇ ਹੈ, MIO ਭੇਜ ਰਹੇ ਹੈ, ਜੋ ਵੋ ਸਟੇਟਮੈਂਟ ਲਿਖਾਤੇ ਹੈ ਤੋ ਉਸਕੇ ਹਿਸਾਬ ਸੇ। ਝੜਪ ਹੋਣੇਗਾ ਕਿ ਇਨਕੇ ਕੁਛ ਜੈਸੇ ਸੁਬਹ ਕੇ ਕੁਛ ਵੋਟਰਸ ਵਗੈਰਾ ਕੋਈ ਬਾਹਰ ਸੇ ਆਏ ਹੋਏ ਹੈ, ਕੋਈ ਫੇਕ ਵੋਟਿੰਗ ਇਹ ਕਰਵਾਉਣੇ ਕੀ ਕੋਸ਼ਿਸ਼ ਕਰ ਰਹੇ ਹੈ, ਤੋ ਵੋ ਹਮ ਨਹੀਂ ਹੋਣੇ ਦੇ ਰਹੇ ਬਿਲਕੁਲ ਵੀ। ਲੁਧਿਆਣਾ ਤੋਂ ਜਸਵੀਰ ਸਿੰਘ ਜੱਸੀ ਦੀ ਰਿਪੋਰਟ, ਪੰਜਾਬ ਟੂਡੇ।